ਅਤੇ ਹੁਣ ਤੁਹਾਡੇ ਡਾਕਟਰ ਨੇ ਤੁਹਾਨੂੰ ਇਨਸੁਲਿਨ ਪ੍ਰਿਸਕ੍ਰਾਈਬ ਕੀਤੀ ਹੈ ਜਾਂ ਸ਼ੂਗਰ ਦਾ ਟੀਕਾ ਲੈਣ ਲਈ ਕਿਹਾ ਹੈ। ਅਤੇ ਤੁਸੀਂ ਬਹੁਤ ਉਦਾਸ ਹੋ, ਤੁਹਾਨੂੰ ਇਹ ਲੱਗਦਾ ਕਿ ਹਾਏ ਦੁਨੀਆ ਖਤਮ ਹੋ ਚੱਲੀ ਹੈ, ਹੁਣ ਤਾਂ ਸ਼ੁਰੂਆਤ ਹੋ ਗਈ ਹੈ ਅੰਤ ਦੀ, ਹੁਣ ਦੁਨੀਆ ਖਤਮ ਹੋਣ ਵਾਲੀ ਹੈ, ਹੁਣ ਮੇਰੇ ਗੁਰਦੇ ਖਰਾਬ ਹੋ ਜਾਣਗੇ, ਹਾਰਟ ਖਰਾਬ ਹੋ ਜਾਏਗਾ, ਅੱਖਾਂ ਜਵਾਬ ਦੇ ਜਾਣਗੀਆਂ, ਹੁਣ ਟੀਕਾ ਮੈਨੂੰ ਚਿਪਕ ਗਿਆ ਹੈ ਅਤੇ ਮੈਂ ਟੀਕੇ ਨੂੰ, ਹੁਣ ਮੇਰੀ ਜ਼ਿੰਦਗੀ ਟੀਕੇ 'ਤੇ ਨਿਰਭਰ ਹੈ, ਹੁਣ ਮੈਨੂੰ ਟੀਕਾ ਹਮੇਸ਼ਾ ਲਗਾਉਣਾ ਪਏਗਾ। ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈਗਾ, ਤੁਸੀਂ ਟੀਕੇ ਨੂੰ ਆਪਣਾ ਦੁਸ਼ਮਣ ਨਾ ਸਮਝੋ, ਆਪਣਾ ਦੋਸਤ ਸਮਝੋ। ਦੇਖੋ, ਜੇ ਹੁਣ ਤੁਸੀਂ ਗੁਰਦੁਆਰੇ ਜਾਂਦੇ ਹੋ ਜਾਂ ਮੰਦਿਰ ਜਾਂ ਮਸਜਿਦ ਜਾਂਦੇ ਹੋ, ਜੋ ਵੀ ਪ੍ਰਸ਼ਾਦ ਤੁਹਾਨੂੰ ਮਿਲਦਾ ਹੈ, ਤੁਸੀਂ ਉਹਦੀ ਕਿੰਨੀ ਇੱਜ਼ਤ ਕਰਦੇ ਹੋ। ਇਸੇ ਤਰ੍ਹਾਂ ਹੀ ਸੋਚੋ ਕਿ ਰੱਬ ਨੇ ਤੁਹਾਡਾ ਸਰੀਰ ਜਿਹੜਾ ਹੈਗਾ ਉਹ ਪ੍ਰਸ਼ਾਦ ਦੇ ਤੌਰ 'ਤੇ ਤੁਹਾਨੂੰ ਦਿੱਤਾ ਹੈਗਾ। ਇਸ ਸਰੀਰ ਦੀ ਇੱਜ਼ਤ ਕਰਨਾ, ਇਸ ਸਰੀਰ ਦਾ ਖਿਆਲ ਰੱਖਣਾ, ਇਹ ਤੁਹਾਡਾ ਫਰਜ਼ ਹੈ, ਇਹ ਰੱਬ ਵਾਸਤੇ ਫਰਜ਼ ਹੈ। ਹੁਣ ਇਸ ਤਰ੍ਹਾਂ ਸੋਚੋ ਵੀ ਰੱਬ ਨੇ ਤੁਹਾਡਾ ਪੂਰਾ ਸਰੀਰ ਬਣਾਇਆ 100 ਸਾਲ ਦੀ ਜ਼ਿੰਦਗੀ ਵਾਸਤੇ, ਪਰ ਪੈਂਕਰੀਅਸ ਵਿੱਚ ਥੋੜ੍ਹੀ ਜਿਹੀ ਕਮੀ ਰਹਿ ਗਈ। ਇਹ ਥੋੜ੍ਹਾ ਨਾ ਕਿ ਪੈਂਕਰੀਅਸ ਦੀ ਕਮੀ ਪਿੱਛੇ ਆਪਾਂ ਪੂਰੇ ਸਰੀਰ ਨੂੰ ਕੰਡਮ ਕਰ ਦਈਏ ਜਾਂ ਪੂਰੇ ਸਰੀਰ ਨੂੰ ਖਰਾਬ ਕਰ ਦਈਏ। ਸਿਰਫ ਇੱਕ ਸਿੰਪਲ ਜਿਹਾ ਟੀਕਾ ਲਗਾਉਣ ਦੇ ਨਾਲ, ਹਲਕਾ ਜਿਹਾ ਟੀਕਾ, ਹਲਕੀ ਜਿਹੀ ਸੂਈ ਜਿਹੜੀ ਕਿ ਦਰਦ ਵੀ ਨਹੀਂ ਕਰਦੀ, ਉਹ ਲਗਾਉਣ ਦੇ ਨਾਲ ਤੁਸੀਂ ਆਪਣੇ ਪੂਰੇ ਸਰੀਰ ਨੂੰ ਬਚਾ ਸਕਦੇ ਹੋ, ਉਹਨੂੰ ਤਗੜਾ ਰੱਖ ਸਕਦੇ ਹੋ, ਉਹਨੂੰ ਸਿਹਤਮੰਦ ਰੱਖ ਸਕਦੇ ਹੋ। ਅਤੇ ਫਿਰ ਇਹ ਟੀਕਾ ਕਿਉਂ ਨਾ ਲਓ? ਇਸ ਤਰ੍ਹਾਂ ਸੋਚੋ ਕਿ ਸ਼ੂਗਰ ਦਾ ਟੀਕਾ ਜਿਹੜਾ ਹੈਗਾ ਉਹ ਤੁਹਾਡਾ ਦੋਸਤ ਹੈਗਾ, ਤੁਹਾਡੀ ਸਹੇਲੀ ਹੈ, ਤੁਹਾਡਾ ਦੁਸ਼ਮਣ ਨਹੀਂ ਹੈ। ਉਹ ਟੀਕਾ ਜਿਹੜਾ ਹੈਗਾ ਉਹ ਰੱਬ ਨੇ ਤੁਹਾਡੇ ਵਾਸਤੇ ਭੇਜਿਆ ਪ੍ਰਸ਼ਾਦ ਦੇ ਤੌਰ 'ਤੇ, ਤਾਂ ਕਿ ਤੁਹਾਡਾ ਸਰੀਰ ਸਿਹਤਮੰਦ ਰਹਿ ਸਕੇ। ਇਹ ਟੀਕਾ ਜਿਹੜਾ ਹੈਗਾ ਇਹ ਕੁਦਰਤੀ ਹੈਗਾ, ਜਿਸ ਤਰ੍ਹਾਂ ਸਾਡੇ ਸਰੀਰ 'ਚ ਮਿਲਦਾ ਇਸੇ ਤਰ੍ਹਾਂ ਹੀ ਆਪਾਂ ਲਗਾਉਂਦੇ ਹਾਂ। ਨਾ ਇਹ ਸੂਅਰ ਤੋਂ ਬਣਦਾ, ਨਾ ਇਹ ਗਾਂ ਜਾਂ ਮੱਝ ਤੋਂ ਬਣਦਾ, ਇਹ ਆਰਟੀਫਿਸ਼ਲ ਬਣਦਾ ਹੈਗਾ। ਪਰ ਇਹ ਆਰਟੀਫਿਸ਼ਲ ਦਵਾਈ ਨਹੀਂ ਹੈਗੀ ਜਿਸ ਤਰ੍ਹਾਂ ਕਿ ਗੋਲੀਆਂ ਨੇ, ਨਾ ਹੀ ਇਹ ਸਰੀਰ 'ਤੇ ਕੋਈ ਡੰਡਾ ਮਾਰਦਾ ਹੈਗਾ, ਨਾ ਹੀ ਕੋਈ ਸਾਈਡ ਇਫੈਕਟ ਕਰਦਾ, ਇਹ ਬਿਲਕੁਲ ਨੈਚੁਰਲ ਪ੍ਰੋਡਕਟ ਹੈਗਾ। ਉਸੇ ਤਰ੍ਹਾਂ ਹੀ ਜਿੱਦਾਂ ਸਾਡੇ ਸਰੀਰ ਦੇ ਆਪਣੇ ਪੈਂਕਰੀਅਸ ਤੋਂ ਇਨਸੁਲਿਨ ਨਿਕਲਦੀ ਹੈ, ਇਸੇ ਤਰ੍ਹਾਂ ਹੀ ਸਾਡੇ ਕੰਪਨੀ ਵਾਲੇ ਇਹ ਇਨਸੁਲਿਨ ਬਣਾ ਕੇ ਸਾਨੂੰ ਸ਼ੀਸ਼ੀ ਦੇ ਵਿੱਚ ਦਿੰਦੇ ਨੇ। ਮੰਨ ਲਓ ਕੋਈ ਜਹਾਜ਼ ਜਾ ਰਿਹਾ ਹੈਗਾ ਅਤੇ ਉਹ ਡੁੱਬਣਾ ਸ਼ੁਰੂ ਹੋ ਜਾਵੇ, ਆਦਮੀ ਤਾਂ ਭੱਜਦੇ ਹੀ ਭੱਜਦੇ ਨੇ, ਨੱਸਦੇ ਨੇ ਉਸ ਜਹਾਜ਼ ਤੋਂ, ਚੂਹੇ ਵੀ ਦੌੜਦੇ ਨੇ। ਇੰਗਲਿਸ਼ 'ਚ ਇਹਨੂੰ ਕਹਿੰਦੇ ਨੇ ਈਵਨ ਰੈਟਸ ਡਿਜ਼ਰਟ ਅ ਸਿੰਕਿੰਗ ਸ਼ਿਪ। ਜੇ ਤੁਸੀਂ ਟੀਕਾ ਨਹੀਂ ਲਗਾਓਗੇ ਅਤੇ ਜੇ ਤੁਸੀਂ ਬਿਮਾਰ ਰਹਿਣਾ ਸ਼ੁਰੂ ਕਰੋਗੇ, ਉਹੀ ਲੋਕ ਜਿਹੜੇ ਅੱਜ ਤੁਹਾਨੂੰ ਸਲਾਹਾਂ ਦਿੰਦੇ ਨੇ ਕਿ ਬੀਬੀ ਟੀਕਾ ਨਾ ਲਾ, ਟੀਕਾ ਚਿਪਕ ਜਾਏਗਾ, ਭਾਅ ਜੀ ਟੀਕਾ ਨਾ ਲਗਾਓ, ਟੀਕਾ ਖਰਾਬ ਹੈ ਤੁਹਾਡੇ ਵਾਸਤੇ, ਉਹੀ ਲੋਕ ਜਿਹੜੇ ਇਹ ਉਲਟੀਆਂ ਪੁਲਟੀਆਂ ਗੱਲਾਂ ਕਰਦੇ ਨੇ, ਸਭ ਤੋਂ ਪਹਿਲਾਂ ਇਹੀ ਨੱਸਣਗੇ। ਜਦੋਂ ਤੁਸੀਂ ਬਿਮਾਰ ਹੋਵੋਗੇ, ਇਹਨਾਂ 'ਚੋਂ ਕੋਈ ਨਹੀਂ ਆਏਗਾ ਤੁਹਾਡੀ ਮਦਦ ਕਰਨ ਲਈ, ਕੋਈ ਨਹੀਂ ਆਏਗਾ ਤੁਹਾਡੀ ਸੇਵਾ ਕਰਨ ਲਈ। ਮਦਦ ਜੇ ਕਰੇਗਾ ਤਾਂ ਸਿਰਫ ਟੀਕਾ, ਜਿਹੜਾ ਕਿ ਤੁਹਾਡੀ ਸ਼ੂਗਰ ਠੀਕ ਰੱਖੇਗਾ ਅਤੇ ਤੁਹਾਡੀ ਸਿਹਤ ਬਣਾਏ ਰੱਖੇਗਾ, ਤੁਹਾਨੂੰ ਬਿਮਾਰ ਹੋਣ ਤੋਂ ਬਚਾਏਗਾ, ਤੁਹਾਨੂੰ ਸ਼ੂਗਰ ਦੀਆਂ ਕੌਂਪਲੀਕੇਸ਼ਨਾਂ ਤੋਂ ਬਚਾਏਗਾ। ਤੁਹਾਡੇ ਡਾਕਟਰ ਨੇ ਤੁਹਾਨੂੰ ਟੀਕਾ ਦਿੱਤਾ ਤੁਹਾਡੀ ਸਿਹਤ ਪਿੱਛੇ ਕਿਉਂਕਿ ਤੁਹਾਡਾ ਡਾਕਟਰ ਜਿਹੜਾ ਹੈਗਾ ਉਹ ਤੁਹਾਡਾ ਦੋਸਤ ਹੈ। ਤੁਸੀਂ ਡਾਕਟਰ ਵੱਲੋਂ ਸੋਚੋ, ਜੇ ਡਾਕਟਰ ਨੇ ਸਿਰਫ ਤੁਹਾਨੂੰ ਗੋਲੀ ਲਿਖਣੀ ਹੋਵੇ, 1 ਮਿੰਟ 'ਚ ਗੋਲੀ ਦੀ ਪਰਚੀ ਲਿਖੀ ਜਾਂਦੀ ਹੈ, 1 ਮਿੰਟ 'ਚ ਸਮਝਾਈ ਜਾਂਦੀ ਹੈ ਅਤੇ ਗੱਲ ਖਤਮ। ਡਾਕਟਰ ਨੂੰ ਕੀ ਫਰਕ ਪੈਂਦਾ ਕਿ ਤੁਹਾਡੀ ਸ਼ੂਗਰ ਠੀਕ ਰਹੇ ਕਿ ਨਾ ਰਹੇ? ਡਾਕਟਰ ਨੂੰ ਇਸ ਲਈ ਫਰਕ ਪੈਂਦਾ ਕਿਉਂਕਿ ਤੁਹਾਡਾ ਸਭ ਤੋਂ ਚੰਗਾ ਦੋਸਤ ਹੈ, ਉਹ ਵੀ ਤੁਹਾਡਾ ਦੁਸ਼ਮਣ ਨਹੀਂ ਹੈਗਾ। ਅਤੇ ਜਦੋਂ ਉਹ ਤੁਹਾਨੂੰ ਟੀਕਾ ਦੱਸਦਾ, ਉਹਨੂੰ ਦੇਖੋ ਕਿੰਨਾ ਟਾਈਮ ਲੱਗਦਾ ਟੀਕਾ ਸਮਝਾਉਣ 'ਚ, ਕਿੰਨਾ ਟਾਈਮ ਲੱਗਦਾ ਟੀਕੇ ਵਾਸਤੇ ਮਨਾਉਣ 'ਚ, ਪਰ ਤਾਂ ਵੀ ਉਹ ਇਹ ਕੰਮ ਕਰਦਾ, ਮਿਹਨਤ ਵਾਲਾ ਕੰਮ ਕਰਦਾ, ਕਿਉਂਕਿ ਉਹ ਤੁਹਾਡੀ ਦੋਸਤੀ ਚਾਹੁੰਦਾ, ਉਹ ਤੁਹਾਡੀ ਚੰਗੀ ਸਿਹਤ ਚਾਹੁੰਦਾ। ਅਤੇ ਉਹਨੂੰ ਪਤਾ ਹੈ ਕਿ ਟੀਕਾ ਲਗਾਉਣ ਨਾਲ ਤੁਹਾਡੀ ਸ਼ੂਗਰ ਵੀ ਠੀਕ ਰਹੇਗੀ ਅਤੇ ਤੁਹਾਨੂੰ ਕੋਈ ਕੌਂਪਲੀਕੇਸ਼ਨ ਜਾਂ ਕੋਈ ਹੋਰ ਬਿਮਾਰੀ ਨਹੀਂ ਲੱਗੇਗੀ। ਸ਼ੂਗਰ ਹੁੰਦੀ ਹੈ ਦਿਮਾਗ ਦੀ ਤਰ੍ਹਾਂ, ਅਤੇ ਸਾਨੂੰ ਪਤਾ ਨਹੀਂ ਚੱਲਦਾ ਕਿ ਕਦੋਂ ਕਿਹੜੀ ਚੀਜ਼ ਖਰਾਬ ਹੋ ਜਾਵੇ। ਅਤੇ ਜੇ ਪਹਿਲਾਂ ਹੀ ਆਪਾਂ ਟੀਕਾ ਲੈ ਰਹੇ ਹੋਈਏ, ਉਹ ਇੱਕ ਤਰ੍ਹਾਂ ਦਾ ਬੀਮਾ ਹੈਗਾ ਕਿ ਸਾਡੇ ਸਰੀਰ ਨੂੰ ਦਿਮਾਗ ਨਹੀਂ ਲੱਗੇਗੀ। ਕਈ ਵਾਰੀ ਮਰੀਜ਼ ਕਹਿੰਦੇ ਨੇ, ਮੈਨੂੰ ਤਾਂ ਪਿਛਲੇ ਸਾਲ ਵੀ ਡਾਕਟਰ ਨੇ ਕਿਹਾ ਸੀ ਵੀ ਟੀਕਾ ਲਾ ਲਓ, ਮੈਂ ਤਾਂ ਕੋਈ ਨਹੀਂ ਲਾਇਆ ਅਤੇ ਹਜੇ ਵੀ ਮੈਂ ਠੀਕ ਹਾਂ। ਮੈਨੂੰ ਤਾਂ ਉਸ ਤੋਂ ਪਿਛਲੇ ਸਾਲ ਡਾਕਟਰ ਨੇ ਕਿਹਾ ਸੀ ਵੀ ਟੀਕਾ ਲੈ ਲਓ, ਨਹੀਂ ਤਾਂ ਤੁਹਾਡੇ ਗੁਰਦੇ ਖਰਾਬ ਨਾ ਹੋ ਜਾਣ, ਪਰ ਮੈਂ ਤਾਂ ਹਜੇ ਤੱਕ ਠੀਕ ਹੈਗਾ ਵਾਂ, ਮੇਰੇ ਗੁਰਦਿਆਂ 'ਤੇ ਕੁਛ ਨਹੀਂ ਹੋਇਆ। ਤੁਸੀਂ ਕਹਾਣੀ ਸੁਣੀ ਹੋਏਗੀ ਬਚਪਨ 'ਚ, ਬੱਚੇ ਅਤੇ ਸ਼ੇਰ ਵਾਲੀ, ਅਤੇ ਬੱਚਾ ਹਮੇਸ਼ਾ ਕਹਿੰਦਾ ਸੀ ਸ਼ੇਰ ਆਇਆ ਸ਼ੇਰ ਆਇਆ, ਅਤੇ ਸਾਰੇ ਭੱਜਦੇ ਸੀ। ਪਰ ਇੱਕ ਵਾਰੀ ਅਸਲ 'ਚ ਸ਼ੇਰ ਆਇਆ ਅਤੇ ਉਦੋਂ ਕੋਈ ਨਹੀਂ ਭੱਜਿਆ ਉਹਨੂੰ ਬਚਾਉਣ ਵਾਸਤੇ, ਅਤੇ ਵਿਚਾਰਾ ਮੁੰਡਾ ਮਾਰਿਆ ਗਿਆ।
ਇਸ ਤਰ੍ਹਾਂ ਠੀਕ ਹੈ, ਪਿਛਲੇ ਸਾਲ ਰੱਬ ਨੇ ਤੁਹਾਡੀ ਸੁਣ ਲਈ, ਤੁਹਾਨੂੰ ਬਿਮਾਰ ਹੋਣ ਤੋਂ ਬਚਾਇਆ। ਇਸ ਸਾਲ ਵੀ ਰੱਬ ਨੇ ਤੁਹਾਡੀ ਸੁਣ ਲਈ, ਬਿਮਾਰ ਹੋਣ ਤੋਂ ਬਚਾਇਆ, ਪਰ ਅਗਲੇ ਸਾਲ ਦੀ ਕੋਈ ਗਾਰੰਟੀ ਨਹੀਂ। ਰੱਬ ਨੂੰ ਵੀ ਜ਼ਿਆਦਾ ਤੰਗ ਨਹੀਂ ਕਰਨਾ ਚਾਹੀਦਾ, ਇਸ ਲਈ ਟੀਕਾ ਪਹਿਲਾਂ ਹੀ ਲੈ ਲੈਣਾ ਚਾਹੀਦਾ, ਬਿਮਾਰ ਹੋਣ ਤੋਂ ਪਹਿਲਾਂ, ਕੰਪਲੀਕੇਸ਼ਨ ਹੋਣ ਤੋਂ ਪਹਿਲਾਂ, ਤਾਂ ਕਿ ਕੱਲ੍ਹ ਨੂੰ ਕੋਈ ਦਿੱਕਤ ਨਾ ਹੋਵੇ। ਇਹ ਇਨਸੁਲਿਨ ਦਾ ਟੀਕਾ ਕਰਦਾ ਕੀ ਹੈ ਸਰੀਰ 'ਚ ਜਾ ਕੇ? ਇਨਸੁਲਿਨ ਇੱਕ ਚਾਬੀ ਹੈਗੀ ਹੈ ਜਿਹੜੀ ਸਰੀਰ 'ਚ ਜਾ ਕੇ ਅਲੱਗ ਅਲੱਗ ਤਾਲੇ ਖੋਲਦੀ ਹੈ, ਤਾਲੇ ਖੁੱਲਦੇ ਆ ਅਤੇ ਦਰਵਾਜ਼ੇ ਖੁੱਲਦੇ ਨੇ, ਅਤੇ ਸਾਰਾ ਸਰੀਰ 'ਚੋਂ ਸਾਰਾ ਜ਼ਹਿਰ ਜਿਹੜਾ ਹੈਗਾ ਉਹ ਬਾਹਰ ਨਿਕਲ ਜਾਂਦਾ। ਜੇ ਆਪਾਂ ਠੀਕ ਟਾਈਮ 'ਤੇ ਠੀਕ ਚਾਬੀ ਦੇ ਦਈਏ ਤਾਂ ਤਾਲੇ ਆਪਾਂ ਜਾਮ ਹੋਣ ਤੋਂ ਬਚਾ ਸਕਦੇ ਹਾਂ, ਸਾਡੇ ਤਾਲੇ ਵੀ ਖੁੱਲਦੇ ਰਹਿਣਗੇ, ਅੱਗੇ ਕੋਈ ਦਿੱਕਤ ਨਹੀਂ ਆਏਗੀ, ਅਤੇ ਦਰਵਾਜ਼ੇ ਵੀ ਖੁੱਲਦੇ ਰਹਿਣਗੇ, ਸਾਰਾ ਜ਼ਹਿਰ ਸਰੀਰ 'ਚੋਂ ਬਾਹਰ ਨਿਕਲ ਜਾਏਗਾ। ਇਹੀ ਟੀਕੇ ਦਾ ਕੰਮ ਹੈ, ਇਹੀ ਟੀਕੇ ਦਾ ਮਕਸਦ ਹੈ, ਅਤੇ ਜਿੰਨੀ ਛੇਤੀ ਆਪਾਂ ਟੀਕਾ ਲਾਈਏ ਉਨੀ ਛੇਤੀ ਆਪਾਂ ਤੰਦਰੁਸਤੀ ਦੀ ਓਰ ਚੱਲ ਸਕਦੇ ਹਾਂ।